गुरु तेग बहादुर जी का सीस दिल्ली तो आनंदपुर किवें पहुंचिया। 11 नवंबर सन 1674 नूं जदों गुरु तेग बहादुर जी नूं दिल्ली दे चांदनी चौंक विखे शहीद किया गया तां सारे पासे डर ते सहम दी लहर दौड़ गई। इस तों पहलां आनंदपुर तों गुरु जी दे नाल आए 3 साथियों नूं बड़ी बेरहमी नाल शहीद किया जा चुका सी। भाई मतीदास जी नूं आरे नाल चीर के, भाई दयालदास नूं उबलदी देग विच बिठा के ते भाई सतीदास नूं रूह विच वलेट के अग लगा के ज्योंदे ही साड़ दिता गया सी। शाही कहर अपने शिखर ते सी पर मनुखी अधिकारां दी रखिया ते मनुख मात्र लई धर्म दी आजादी मंगण वाला मसीहा आने वाले युग लई नवें पूरने पाके शहादत दा जाम पी चुका सी। विश्व इतिहास दे लई चानण दीआं पैड़ां सिरजण वाले उस महान गुरु नूं शहीद करन तों पहलां दिल्ली दीआं गलियां ते बाजारां विच मुनादी कराई गई सी कि लोक चांदनी चौंक पहुँच के अपनियां अक्खां दे नाल वेख लैण कि शाही हुक्म नूं ना मन्नण वाले दा अंजाम की हुंदा है। गुरु जी नूं शहीद करन तों पहलां कई दिन तक उहनां नूं भारी तसीहे दित्ते जांदे रहे ਤਾਂ ਕਿ ਉਹ ਸ਼ਰਨ ਆਏ ਕਸ਼ਮੀਰੀ ਪੰਡਤਾਂ ਦਾ ਸਾਥ ਛੱਡ ਕੇ ਇਸਲਾਮ ਦੇ ਦਾਇਰੇ ਦੇ ਵਿੱਚ ਆ ਜਾਣ। ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਆਪਣੀ ਵਡਿਆਈ ਪ੍ਰਗਟ ਕਰਨ ਲਈ ਕੋਈ ਕਰਾਮਾਤ ਵਿਖਾਉਣ ਅਤੇ ਜੇ ਉਹ ਦੋਵੇਂ ਗੱਲਾਂ ਸਵੀਕਾਰ ਨਾ ਕਰਨ ਤਾਂ ਮੌਤ ਲਈ ਤਿਆਰ ਹੋ ਜਾਣ। ਆਪਣੇ ਅਸੂਲਾਂ ਦੇ ਪੱਕੇ ਅਤੇ ਮਾਨਵ ਭਲਾਈ ਦੇ ਆਦਰਸ਼ਾਂ ਲਈ ਕੁਰਬਾਨ ਹੋਣ ਵਾਲੇ ਮਹਾਂਪੁਰਖ ਰਿਧੀਆਂ ਸਿੱਧੀਆਂ ਦੇ ਚਮਤਕਾਰੀ ਪ੍ਰਗਟਾਵੇ ਦੇ ਨਾਲ ਨਹੀਂ ਸਗੋਂ ਆਪਣੀ ਮਹਾਨਤਾ ਦੀ ਛਾਪ ਲੋਕ ਮਨਾਂ 'ਤੇ ਛੱਡ ਜਾਇਆ ਕਰਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਕੋਤਵਾਲੀ ਦੇ ਚਬੂਤਰੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਦਿੱਲੀ ਦੇ ਹਜ਼ਾਰਾਂ ਲੋਕ ਸ਼ਾਹੀ ਜ਼ੁਲਮ ਅਤੇ ਤਸ਼ੱਦਦ ਦਾ ਇਹ ਨਜ਼ਾਰਾ ਵੇਖਣ ਲਈ ਜੁੜੇ ਹੋਏ ਸਨ, ਜਿੱਥੇ ਔਰੰਗਜ਼ੇਬ ਦੇ ਕਰਮਚਾਰੀ ਅਤੇ ਅਗਿਆਨ ਮੁਸਲਿਮ ਜਨਤਾ ਬਾਦਸ਼ਾਹ ਦੀ ਇਸ ਵੱਡੀ ਪ੍ਰਾਪਤੀ 'ਤੇ ਖੁਸ਼ੀਆਂ ਮਨਾ ਰਹੀ ਸੀ ਅਤੇ ਉੱਥੇ ਜਿਹੜੀ ਰੱਬ ਦੀ ਬੰਦਗੀ ਕਰਨ ਵਾਲੇ ਇਨਸਾਨ ਪਸੰਦ ਮੁਸਲਮਾਨ ਦਿਲਗੀਰ ਸਨ। ਆਮ ਲੋਕ ਕਹਿ ਰਹੇ ਸਨ ਕਿ ਹੁਣ ਇਹ ਰਾਜ ਬਹੁਤੀ ਦੇਰ ਨਹੀਂ ਚੱਲੇਗਾ। ਸੋ ਉਹਨਾਂ ਦਿਨਾਂ ਦੇ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਨੇੜੇ ਰਾਇਸੀਨਾ ਭੋਗਲ ਚਾਂਦਨੀ ਚੌਂਕ ਅਤੇ ਜਾਮਾ ਮਸਜਿਦ ਦੇ ਨੇੜੇ ਕੂਚਾ ਦਿਲਵਾਲੀ ਵਿੱਚ ਸਿੱਖਾਂ ਦੇ ਕਾਫੀ ਘਰ ਸਨ ਅਤੇ ਇੱਥੇ ਗੁਰੂ ਹਰਕ੍ਰਿਸ਼ਨ ਜੀ ਦੇ ਸਮੇਂ ਤੋਂ ਹੀ ਸਿੱਖਾਂ ਦੀ ਆਬਾਦੀ ਹੋਣੀ ਸ਼ੁਰੂ ਹੋ ਗਈ ਸੀ। ਤੋ ਇਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਘਰ ਭਾਈ ਨਾਨੂ ਰਾਏ ਸ਼ੀਪੇ ਸਿੱਖ ਦਾ ਸੀ। ਭਾਈ ਜੈਤਾ ਦਾ ਘਰ ਵੀ ਕੂਚਾ ਦਿਲਵਾਲੀ ਦੇ ਵਿੱਚ ਹੀ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸੀਨ ਭਾਈ ਜੈਤਾ, ਭਾਈ ਉਦਾ ਅਤੇ ਭਾਈ ਗੁਰਬਖਸ਼ ਨੇ ਆਪਣੀ ਅੱਖੀ ਚਾਂਦਨੀ ਚੌਂਕ ਵਿੱਚ ਖਲੋ ਕੇ ਵੇਖਿਆ ਸੀ। ਇਹਨਾਂ ਸਿੱਖਾਂ ਨੇ ਉਦੋਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਚਾਹੇ ਕਿਤਨਾ ਵੀ ਖਤਰਾ ਕਿਉਂ ਨਾ ਮੁੱਲ ਲੈਣਾ ਪਵੇ, ਉਹ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਤੇ ਧੜ ਨੂੰ ਆਮ ਕਤਲ ਕੀਤੇ ਗਏ ਲੋਕਾਂ ਵਾਂਗ ਦਿੱਲੀ ਵਿੱਚ ਰੋਲਣ ਨਹੀਂ ਦੇਣਗੇ। ਉਹਨਾਂ ਦਾ ਇਹ ਫੈਸਲਾ ਉਸ ਵਕਤ ਦੀ ਦੁਨੀਆ ਦੀ ਸਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਹਕੂਮਤ ਨੂੰ ਬੜੀ ਦਲੇਰਾਨਾ ਵੰਗਾਰ ਸੀ ਤੇ ਜਿਸ ਲਈ ਗੁਰੂ ਕੇ ਸਿੱਖ ਦ੍ਰਿੜ ਸੰਕਲਪ ਸਨ।